ਕਿਆ ਦੁੱਖ ਤੇਰੇ ਤੋਂ ਵੱਧ ਕੌਣ ਪਛਾਣ ਸਕਦਾ ਯਾਰ ਜਾਂ ਕੌਣ ਮਤਲਬ ਮਹਿਸੂਸ ਕਰ ਸਕਦਾ ਕਿ ਬਾਈ ਇੱਕ ਬੇਨਤੀ ਆ ਕਿ ਜਦ ਇੰਡੀਆ ਗਿਆ ਨਾ ਬਾਈ ਦੇ ਘਰੇ ਸਿੱਧੂ ਬਾਈ ਦੇ ਘਰੇ ਜ਼ਰੂਰ ਹੋ ਕੇ ਆਈ ਯਾਰ ਇੱਕ ਬੇਨਤੀ ਆ ਯਾਰ ਕਰੀ ਉਹਨਾਂ ਦੇ ਮਾਪਿਆਂ ਨੂੰ ਜ਼ਰੂਰ ਮਿਲ ਕੇ ਆਈ ਯਾਰ ਜੋ ਹੋਇਆ ਪਿੱਛੇ ਸੋ ਹੋ ਗਿਆ ਯਾਰ ਪਰ ਇੱਕ ਦਿਲੋਂ ਬਾਜ਼ ਆ ਰਹੀ ਆ ਯਾਰ ਜੇ ਤੂੰ ਉਹਨਾਂ ਨੂੰ ਮਿਲ ਕੇ ਆਏਂਗਾ ਨਾ ਉਹਨਾਂ ਨੂੰ ਬਹੁਤ ਖੁਸ਼ੀ ਹੋਏਗੀ

ਇੱਕ ਮੈਸੇਜ ਆ ਲਾਈਕ ਮੈਨੂੰ ਲੱਗਦਾ ਸ਼ਾਇਦ ਉਹ ਤੁਹਾਡਾ ਮੈਸੇਜ ਵੀ ਹੋਊਗਾ ਕਰਨ ਓਜਲੇ ਤੱਕ ਜਰੂਰ ਪਹੁੰਚਾਓ ਯਾਰ ਜੇ ਕੋਈ ਪਹੁੰਚਾ ਸਕਦਾ ਕਿ ਬਾਈ ਤੁਹਾਡੇ ਦੋਨਾਂ ਦੇ ਵਿੱਚ ਜੋ ਵੀ ਸੀਗਾ ਜੋ ਵੀ ਮਤਭੇਦ ਸੀਗੇ ਜੋ ਵੀ ਲੜਾਈ ਸੀਗੀ ਉਹ ਤੁਹਾਨੂੰ ਵੀ ਪਤਾ ਕਿ ਸਿਰਫ ਇੱਕ ਗੀਤਾਂ ਨੂੰ ਲੈ ਕੇ ਸੀਗੀ ਇੱਕ ਕੰਪੀਟੀਸ਼ਨ ਸੀਗਾ ਦਿਲਾਂ ਦੇ ਤੁਸੀਂ ਦੋਵੇਂ ਨਹੀਂ ਸੀ ਮਾੜੇ ਨਾ ਬਾਈ ਤੂੰ ਮਾਣਾ ਕਰਨਿਆ ਤੂੰ ਵੀ ਆਪਣੀ ਸਟੋਰੀਆਂ ਚ ਪਾ ਰਿਆਂ ਲਾਈਕ ਜਿਹੜਾ ਬੰਦਾ ਸਹੀ ਹੁੰਦਾ ਸੱਚਾ ਹੁੰਦਾ ਨਾ ਉਹਦਾ ਦਿਲ ਰੋਂਦਾ ਔਰ ਆਪਣਿਆਂ ਦਾ ਗਿਆ ਦੁੱਖ ਤੇਰ ਤੋਂ ਬਾਦ ਕੋਣ ਪਛਾਣ ਸਕਦਾ ਯਾਰ ਜਾਂ ਕੋਣ ਮਤਲਬ ਮਹਿਸੂਸ ਕਰ ਸਕਦਾ ਕਿ ਬਾਈ ਇੱਕ ਬੇਨਤੀ ਆ ਕਿ ਜਦ ਇੰਡੀਆ ਗਿਆ ਨਾ ਬਾਈ ਦੇ ਘਰੇ ਸਿੱਧੂ ਬਾਈ ਦੇ ਘਰੇ ਜ਼ਰੂਰ ਹੋ ਕੇ ਆਈ ਯਾਰ ਇੱਕ ਬੇਨਤੀ ਆ ਯਾਰ ਇੱਕ ਵਾਰੀ ਉਹਨਾਂ ਦੇ ਮਾਪਿਆਂ ਨੂੰ ਜ਼ਰੂਰ ਮਿਲ ਕੇ ਆਈ ਯਾਰ ਜੋ ਹੋਇਆ ਪਿੱਛੇ ਸੋ ਹੋ ਗਿਆ ਯਾਰ ਪਰ ਇੱਕ ਦਿਲੋਂ ਬਾਜ਼ ਆ ਰਹੀ ਆ ਯਾਰ ਜੇ ਤੂੰ ਉਹਨਾਂ ਨੂੰ ਮਿਲ ਕੇ ਆਏਂਗਾ ਨਾ ਉਹਨਾਂ ਨੂੰ ਬਹੁਤ ਖੁਸ਼ੀ ਹੋਊਗੀ ਯਾਰ ਬਹੁਤ ਤਸੱਲੀ ਹੋਊਗੀ ਬਾਈ ਵੀ ਖੁਸ਼ ਹੋਊਗਾ ਉੱਪਰੋਂ ਯਾਰ ਬਾਈ ਤੇਰੇ ਮਾਪਿਆਂ ਨਾਲ ਬੈਠਾ ਹਨਾ ਤੂੰ ਉਹਦੇ ਮਾਪਿਆਂ ਨਾਲ ਬਹਿ ਜਾ ਯਾਰ ਇੱਕ ਵਾਰੀ ਜ਼ਰੂਰ ਮਿਲ ਕੇ ਆਈ ਯਾਰ तो बस इस वीडियो में तो बस इतना ही था बाकी अगर करण ओजला सच में मिलने के लिए जाते हैं सिद्धू भाई की फैमिली से तो इससे बढ़िया कुछ नहीं होगा मेरे लिए तो बाकी आपका क्या ओपिनियन है नीचे कमेंट करके बता देना तो फिर मिलते किसी नई वीडियो में जब तक के लिए बाय